ਪੂਰੇ ਜੱਗ ਉੱਤੇ ਵਸਦੇ ਹੋਏ ਪੰਜਾਬੀ ਪਿਆਰਿਓ, ਇਸ਼ਾਨ ਬਾਜਵਾ ਦਾ ਸਲਾਮ ਕਬੂਲ ਕਰੋ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ ਚੌਹਾਲ ਜੱਟ ਕਬੀਲਾ। ਚੌਹਾਲ ਸੂਰਜਵੰਸ਼ੀ ਜੱਟਾਂ ਵਿੱਚੋਂ ਹਜ਼ਾਰਾਂ ਸਾਲ ਪੁਰਾਣਾ ਕਬੀਲਾ। ਚੌਹਾਲ ਦਾ ਮਤਲਬ ਹੁੰਦਾ ਹੈ ਮਿੱਠੇ ਪਾਣੀ ਦਾ ਖੂਹ, ਚੋਹਾ ਮਿੱਠੇ ਪਾਣੀ ਦਾ ਚੋਹਾ। ਚੌਹਾਲ ਪੁੱਤਰ ਸੀ ਚੂੰਗ ਦਾ ਅਤੇ ਪੋਤਰਾ ਸੀ ਵੜਾਇਚ ਦਾ ਅਤੇ ਪੜ ਪੋਤਾ ਸੀ ਨਾਇਚ ਦਾ। ਇਹ ਲੋਕ ਪੂਰੇ ਸਿੰਧ ਵਲਾਇਤ ਆਰੀਆ ਜੱਟ ਦੇਸ਼, ਜਿਹਦਾ ਪੁਰਾਣਾ ਨਾਂ ਜਾਟਕਿਸਤਾਨ ਵੀ ਹੈ, ਇਹਦੇ ਅੰਦਰ ਵਸਦੇ ਨੇ ਅਤੇ ਬੜਾ ਨਾਮੀ ਗ੍ਰਾਮੀ ਕਬੀਲਾ ਹੈ। ਪਿੰਡ ਚੌਹਾਲ ਤਹਿਸੀਲ ਸਾਹੀਵਾਲ ਜ਼ਿਲ੍ਹਾ ਸਰਗੋਧਾ ਤੋਂ ਗੁਲਾਮ ਮੁਰਤਜ਼ਾ ਚੌਹਾਲ ਹੋਰਾਂ ਆਪਣੇ ਕਬੀਲੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਹੁਣ ਅਸੀਂ ਵੇਖਦੇ ਹਾਂ ਕਿ ਹੋਰ ਕਿਹੜੇ ਤਾਰੀਖੀ ਤਜ਼ਕਰੇ ਅੰਦਰ ਚੌਹਾਲ ਜੱਟ ਕਬੀਲਾ ਦਾ ਜ਼ਿਕਰ ਮਿਲਦਾ ਹੈ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਅੰਦਰ ਚੌਹਾਲ ਦੇ ਸਰਨਾਵੇਂ ਹੇਠ ਲਿਖਿਆ ਹੋਇਆ ਸ਼ਾਹਪੁਰ ਵਿੱਚ ਇੱਕ ਵਾਹੀਵਾਨ ਕਬੀਲਚਾ। ਇਹਦੇ ਨਾਲ ਚੌਹਾਲ ਚਹਾਲ ਯਾਨੀ ਚੇ ਅਤੇ ਹੇ ਹੁਜ ਵਾਲੀ ਤਲਫ ਦੇ ਪਿਓ ਚੂੰਗ ਬਾਰੇ ਲਿਖਿਆ ਹੋਇਆ ਅੰਮ੍ਰਿਤਸਰ ਵਿੱਚ ਇੱਕ ਵਾਹੀਵਾਨ ਜੱਟ ਕਬੀਲਚਾ। ਹੁਣ ਅਸੀਂ ਤੁਹਾਡੇ ਨਾਲ ਚੌਹਾਲ ਜੱਟ ਕਬੀਲਾ ਦਾ ਉਹ ਕੁਰਸੀਨਾਮਾ ਸਾਂਝਾ ਕਰਦੇ ਹਾਂ ਜੋ ਮੀਰਪੁਰ ਮਥੇਲਾ ਸਿੰਧ ਤੋਂ ਸਾਡੇ ਮਿੱਤਰ ਪਿਆਰੇ ਆਰੀਆ ਡਾਕਟਰ ਲਾਲ ਬਖਸ਼ ਨਾਇਚ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਕੁਰਸੀਨਾਮੇ ਮੁਤਾਬਕ ਹਜ਼ਰਤ ਆਦਮ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੀ ਵਿੱਚ ਸ਼ਿਵ ਸ਼ੰਕਰ ਅਤੇ ਮਹਾਦੇਵ ਆਖਿਆ ਗਿਆ, ਉਹਨਾਂ ਤੋਂ ਚੋਖਾ ਅੱਗੇ ਜਾ ਕੇ ਨਾਂ ਆਉਂਦਾ ਹੈ ਹਜ਼ਰਤ ਨੂਹ ਅਲੈਹਿ ਸਲਾਮ ਦਾ, ਜਿਨ੍ਹਾਂ ਨੂੰ ਹਿੰਦੀ 'ਚ ਦੂਸਰਾ ਮਨੂ ਆਖਿਆ ਗਿਆ। ਹਜ਼ਰਤ ਨੂਹ ਅਲੈਹਿ ਸਲਾਮ ਜਿਹੜੇ ਨੇ ਉਹਨਾਂ ਦੀ ਕਬਰ ਜਿਹੜੀ ਹੈ 270 ਗਜ਼ ਮੰਡਾ ਗੁਜਰਾਤ ਕਾਠੀਆਵਾੜ ਵਿੱਚ, ਅਤੇ ਉਹਨੂੰ ਉਹਨਾਂ ਨੂੰ ਉਸ ਇਲਾਕੇ 'ਚ ਮਨੂ ਮਹਾਰਾਸ਼ਟਰ ਯਾਨੀ ਵੱਡੇ ਬੇੜੇ ਵਾਲਾ ਮਨੂ ਆਖਦੇ ਨੇ। ਉਹਨਾਂ ਦੀਆਂ ਦੋ ਬੀਵੀਆਂ ਵਿੱਚੋਂ 7 ਪੁੱਤਰ ਹੋਏ। ਉਹਨਾਂ ਦੀ ਪਹਿਲੀ ਬੀਵੀ ਦਾ ਨਾਂ ਸਨਹਾ ਸੀ, ਉਹਦੇ ਵਿੱਚੋਂ 3 ਪੁੱਤਰ ਹੋਏ ਸਾਮ, ਹਾਮ ਅਤੇ ਯਾਫਸ। ਉਹਨਾਂ ਦੀ ਦੂਸਰੀ ਬੀਵੀ ਦਾ ਨਾਂ ਵਾਇਲਾ ਸੀ, ਉਹਦੇ 'ਚ 4 ਪੁੱਤਰ ਹੋਏ ਕਨਾਨ, ਯਰਨ, ਹਰਹਰ ਅਤੇ ਅਜਮ। ਇਹ ਜਿਹੜੇ ਮਗਰਲੇ 5 ਮਾਂ ਪੁੱਤਰ ਸਨ, ਇਹ ਹਜ਼ਰਤ ਨੂਹ ਅਲੈਹਿ ਸਲਾਮ ਦੇ ਬੇਅਦਬ ਸਨ, ਗੁਸਤਾਖ ਸਨ ਔਰ ਉਹਨਾਂ ਦੇ ਆਖੇ ਲੱਗ ਕੇ ਉਹਨਾਂ ਦੇ ਬੇੜੇ ਦੇ ਵਿੱਚ ਨਾ ਬੈਠੇ ਅਤੇ ਤੂਫਾਨੇ ਨੂੰ ਦੀ ਤਰੇਟੇ ਚੜ੍ਹ ਗਏ ਅਤੇ ਬੇਨਿਸ਼ਾਨ ਹੋ ਗਏ। ਮੁੜ ਕੇ ਜਿਹੜੇ ਹਜ਼ਰਤ ਨੂਹ ਅਲੈਹਿ ਸਲਾਮ ਸਨ, ਉਹਨਾਂ ਦੇ ਪਹਿਲੇ 3 ਪੁੱਤਰਾਂ ਦੀ ਜਿਹੜੀ ਹੈ ਨਸਲ ਔਲਾਦ ਜਿਹੜੀ ਹੈ ਅੱਗੇ ਵਧੀ। ਸਾਮ ਦੀ ਔਲਾਦ ਨੂੰ ਸਾਮੀ ਨਸਲ ਆਖਿਆ ਗਿਆ, ਉਹ ਏਸ਼ੀਆ 'ਚ ਵੱਸ ਗਈ। ਹਾਮ ਦੀ ਔਲਾਦ ਅਫਰੀਕਾ 'ਚ ਜਾ ਵਸੀ ਅਤੇ ਯਾਫਸ ਜਿਹਨੂੰ ਮਹੇਸ਼ ਵੀ ਆਖਿਆ ਜਾਂਦਾ ਹੈ, ਉਹਦੀ ਔਲਾਦ ਤੁਰਕੀ, ਚੀਨ ਅਤੇ ਯੂਰਪ ਦੇ ਵਿੱਚ ਜਾ ਕੇ ਵੱਸ ਗਏ। ਅੱਗੋਂ ਸਾਮ ਦੇ ਪੁੱਤਰ ਹੋਏ ਅਰਫਾ ਸਿੰਘ, ਜਿਹਨੂੰ ਸਿੰਧ ਵੀ ਕਿਹਾ ਗਿਆ, ਈਸ਼ਵਰ ਜਿਹਦਾ ਦੂਜਾ ਨਾਂ ਹਿੰਦ ਸੀ, ਆਰਾਮ ਜਿਹਦੇ ਨਾਂ ਤੋਂ ਮੁਲਕ ਆਰਮੀਨੀਆ ਪਿਆ, ਅਸਵਰ ਜਿਹਦੇ ਨਾਂ ਤੋਂ ਫਾਰਸ ਦਾ ਇਲਾਕਾ ਆਬਾਦ ਹੋਇਆ, ਲੂਦ ਜਿਹਦੇ ਨਾਂ ਤੋਂ ਰੋਮ ਆਬਾਦ ਹੋਇਆ, ਬਲਕਾਨ ਜਿਹਦੇ 2 ਪੁੱਤਰ ਖਰਾਸਾਨ ਅਤੇ ਸ਼ਾਮ ਹੋਏ, ਸਮਆਨ, ਕਨਆਨ ਜਿਹਨੂੰ ਕੀਕਾਨ ਵੀ ਆਖਿਆ ਗਿਆ, ਲਾਵਰ ਅਤੇ ਈਲਾਮ ਜਿਹਨੂੰ ਅਰਬਾਂ ਨੇ ਗੀਲਾਮ ਆਖਿਆ, ਅਤੇ ਅਗਲੇ ਪੁੱਤਰ ਦਾ ਨਾਂ ਸੀ ਮੂਰਛ। ਅੱਗੋਂ ਅਰਫਾ ਸਿੰਘ ਸਿੰਧ ਦੇ ਪੁੱਤਰ ਹੋਏ ਨੇ ਸੱਖਰ, ਪੱਖਰ,
ਠੱਠਾ ਹੋਲ ਹਰਮੇਸ਼ ਅਮਰ ਅਮਰ ਦੀ ਨਸਲੋਂ ਸਿਕੰਦਰ ਜ਼ੁਲਕਰਨੈਨ ਹੋਏ ਨੇ ਜਿਨ੍ਹਾਂ ਦਾ ਕੁਰਾਨ 'ਚ ਜ਼ਿਕਰ ਹੈ। ਡਾਗਰ ਇਹ ਗੈਰ ਆਰੀਆ ਨਸਲ ਦੱਸੀ ਜਾਂਦੀ ਹੈ। ਜਲੂਦਰ ਅਤੇ ਜਾਸ਼ਰ, ਜਾਸ਼ਰ ਜਿਹੜਾ ਇਹਦਾ ਦੂਜਾ ਨਾਂ ਲੌਜ਼ਰ ਵੀ ਸੀ। ਸਮੂਦ ਬਾਦਸ਼ਾਹ ਜਿਹਦਾ ਕੁਰਾਨ ਪਾਕ 'ਚ ਜ਼ਿਕਰ ਹੈ ਉਹ ਇਸੇ ਨਸਲੋਂ ਹੋਇਆ। ਸੰਮਾ ਜਿਹੜਾ ਜੱਟਾਂ ਦਾ ਖਾਨਦਾਨ ਹੈ ਉਹ ਵੀ ਜਾਸ਼ਰ ਦੀ ਔਲਾਦ ਨੇ। ਅਗਲਾ ਪੁੱਤਰ ਗੁਜਰਾਤ ਸੀ ਜਿਹਦੇ ਤਿੰਨ ਪੁੱਤਰ ਹੋਏ ਨੇ, ਜੋਧ, ਬੀਕਾ ਅਤੇ ਜੈਸਲ, ਜਿਨ੍ਹਾਂ ਜੋਧਪੁਰ, ਬੀਕਾਨੈਰ, ਬੀਕਾਨੇਰ ਅਤੇ ਜੈਸਲਮੀਰ ਸ਼ਹਿਰ ਜਿਹੜੇ ਨੇ ਵਸਾਏ। ਅਰਫਾ ਸਿੰਘ ਦਾ ਅਗਲਾ ਪੁੱਤਰ ਸੀ ਗਾਰਾ, ਜਿਹਦੇ ਨਾਂ ਤੋਂ ਹੜੱਪਾ ਸ਼ਹਿਰ ਆਬਾਦ ਹੋਇਆ। ਅਗਲਾ ਟੈਕਸਲਾ, ਅਗਲਾ ਹੰਡ, ਜਿਹਦੇ ਨਾਂ ਤੋਂ ਸੁਆਬੀ ਸ਼ਹਿਰ ਆਬਾਦ ਹੋਇਆ। ਅਗਲਾ ਆਸਾਮ, ਅਗਲਾ ਤਾਮਲੀ, ਜਿਹਦੇ ਨਾਂ ਤੋਂ ਤਾਮਿਲਨਾਡੂ ਕੌਮ ਜਿਹੜੀ ਇੰਡੀਆ ਦੇ ਵਿੱਚ ਉਹ ਬਣੀ। ਅਗਲਾ ਪੁੱਤਰ ਸੀ ਮੂਲਾ, ਮੂਲਾ ਦੇ ਨਾਂ ਤੋਂ ਮੂਲਸਤਾਨ ਜਾਂ ਮੱਲਸਤਾਨ ਜਾਂ ਕਿਸ਼ੇਪੁਰਾ, ਯਾਨੀ ਮੁਲਤਾਨ ਦੇ ਜਿਹੜੇ ਪੁਰਾਣੇ ਨਾਂ ਨੇ ਉਹ ਵਸਿਆ। ਅਗਲਾ ਮਿਜ਼ੋਰਾਮ ਸੀ ਅਤੇ ਅਗਲਾ ਪੁੱਤਰ ਮਕਰਾਨ ਸੀ, ਜਿਹਨੂੰ ਮਾਕਾਨ ਵੀ ਆਖਿਆ ਗਿਆ। ਅਗਲਾ ਕਰਮਾਨ, ਜਿਹੜਾ ਈਰਾਨ ਦੇ ਵਿੱਚ ਸੂਬਾ ਹੈ ਜਿਹਦੇ ਨਾਂ ਤੋਂ। ਅਗਲਾ ਪੁੱਤਰ ਹਨਵਾਦਰ ਸੀ, ਜਿਹਨੂੰ ਗਵਾਦਰ ਵੀ ਆਖਿਆ ਜਾਂਦਾ ਹੈ। ਅਗਲਾ ਪੁੱਤਰ ਕੀ ਕਾਨ ਸੀ, ਜਿਹਦੇ ਨਾਂ ਤੋਂ ਕਲਾਤ ਸ਼ਹਿਰ ਆਬਾਦ ਹੋਇਆ। ਅਗਲਾ ਖੁਸ਼ਦਾਰ ਸੀ ਅਤੇ ਅਗਲਾ ਸੀਸ, ਜਿਹਦੇ ਨਾਂ ਤੋਂ ਸੀਸਤਾਨ ਸੂਬਾ ਜਿਹੜਾ ਈਰਾਨ ਦਾ ਉਹ ਆਬਾਦ ਹੋਇਆ। ਅੱਗੋਂ ਮੂਲਾ ਦੇ ਪੁੱਤਰ ਹੋਏ ਆਸਟੂਬਰ, ਸਰਵਾਈ ਅਤੇ ਇਰਮ। ਅੱਗੋਂ ਇਰਮ ਜਿਹੜਾ ਇਹਦਾ ਪੁੱਤਰ ਹੋਇਆ ਊਸ, ਅਤੇ ਊਸ ਦਾ ਪੁੱਤਰ ਫਿਰ ਇਰਮ ਹੋਇਆ। ਇਸ ਇਰਮ ਦਾ ਦੂਜਾ ਨਾਂ ਸਾਗਤ ਵੀ ਸੀ ਅਤੇ ਅੱਗੋਂ ਇਸ ਇਰਮ ਦਾ ਪੁੱਤਰ ਹੋਇਆ ਆਦ, ਜਿਹਦਾ ਦੂਜਾ ਨਾਂ ਮੋਹਨ ਵੀ ਸੀ। ਮੋਹਨ ਜੋ ਦੜੋ ਜਾਂ ਮੋਹਨ ਦਾ ਦੜਾ ਅਤੇ ਮੋਹਨ ਕੋਟ ਜਾਂ ਰਿਨੀ ਕੋਟ ਜਿਹੜਾ ਕਿਲ੍ਹਾ ਹੈ ਉਹ ਇਸੇ ਦੇ ਨਾਂ ਤੋਂ ਸੀ। ਅੱਗੋਂ ਇਸ ਆਦ ਦੇ ਪੁੱਤਰ ਹੋਏ ਨੇ ਜਲੂਦ ਅਤੇ ਸਹਿਰੇਬ। ਸਹਿਰੇਬ ਦੀ ਨਸਲੋਂ ਨਮਰੂਦ ਬਾਦਸ਼ਾਹ ਦੀ, ਨਮਰੂਦ ਬਾਦਸ਼ਾਹ ਦੀ ਨਸਲ ਹੋਈ। ਅਗਲਾ ਪੁੱਤਰ ਸੀ ਪੱਤਣ, ਅਗਲਾ ਕਾਹੂ, ਅਗਲਾ ਜੁੱਕਰ, ਅਗਲਾ ਡੀਜੀ, ਅਗਲਾ ਅਰੋੜ, ਅਗਲਾ ਰੋੜਕਾ ਅਤੇ ਦੁਹਾਗਾ ਅਤੇ ਟੈਕਸਲਾ, ਹਰੀ ਪੋਪੀਆ, ਤਲੂੰਜਾ, ਡਾਗਾ, ਸ਼ਦਾਦ ਜਿਹੜਾ ਬਾਦਸ਼ਾਹ ਹੋਇਆ ਜਿਹਨੇ ਜੰਨਤ ਦੋਜ਼ਖ ਬਣਾਈ ਸੀ, ਅਤੇ ਸ਼ਦੀਦ ਅਤੇ ਬਾਲਾਕੋਟ, ਬਾਲਾ ਜਿਹਦੇ ਨਾਂ ਤੋਂ ਬਾਲਾਕੋਟ, ਅਤੇ ਮੇਹਰ ਜਿਹਦੇ ਨਾਂ ਤੋਂ ਮੇਹਰਗੜ੍ਹ, ਅਤੇ ਸੁਹਾਗਾ। ਇਹ ਸਾਰੇ ਪੁੱਤਰ ਜਿਹੜੇ ਨੇ ਇਹ ਮਤਲਬ ਇਹਦੇ ਹੋਏ ਨੇ ਆਦ ਦੇ। ਅੱਗੋਂ ਇਹਨਾਂ ਵਿੱਚੋਂ ਜਲੂਦ ਦੇ ਪੁੱਤਰ ਹੋਏ ਨੇ ਅਰਨੰਦ, ਬਾ, ਛੱਲਾ, ਅੰਬਰ, ਬ੍ਰਹਮਾ, ਸੁਹਾਗਾ ਅਤੇ ਮੋਢਾ। ਅੱਗੋਂ ਇਹਨਾਂ ਵਿੱਚੋਂ ਬਾ ਦੇ ਪੁੱਤਰ ਹੋਏ ਵਿਸ਼ਨੂੰ, ਵੇ, ਸੁਰੰਭੂ, ਸ਼ੰਕਰ, ਚੇਤੂ, ਸੇਂਬੂ ਅਤੇ ਗੋਰਖ। ਗੋਰਖ ਦਾ ਦੂਜਾ ਨਾਂ ਹਜ਼ਰਤ ਹੂਦ ਅਲੈਹਿ ਸਲਾਮ ਸੀ। ਇਹ ਆਪਣੇ ਵਕਤ ਦੇ ਰਸੂਲ ਵੀ ਸਨ ਔਰ ਪਿਸ਼ਾ ਰਾਮ ਵੀ ਇਹਨਾਂ ਦਾ ਨਾਂ ਸੀ। ਪਿਸ਼ਾਵਰ ਸ਼ਹਿਰ ਦੱਸਦੇ ਨੇ ਇਹਨਾਂ ਦੇ ਨਾਂ 'ਤੇ ਉਸਰਿਆ ਸੀ। ਅੱਗੋਂ ਗੋਰਖ ਦੇ ਪੁੱਤਰ ਹੋਏ ਨੇ ਅਰੜ, ਜਿਹਦੇ ਨਾਂ 'ਤੇ ਹਰੀੜ ਦਾ ਕਿਲ੍ਹਾ ਦਾਦੂ ਦੇ ਵਿੱਚ, 6100 ਫੁੱਟ ਉੱਚਾ, ਗੱਬਰ, ਬੱਬਰ, ਤੰਦੂਰ, ਬਰਬਰਾ, ਹੀਮ ਅਤੇ ਬੇਮ। ਅੱਗੋਂ ਇਹਨਾਂ ਵਿੱਚੋਂ ਬਰਬਰਾ ਦੇ ਪੁੱਤਰ ਹੋਏ ਨੇ ਅਬਰੂ, ਅੱਬਰ ਅਤੇ ਅਬਰੀਨ। ਅਤੇ ਅੱਗੋਂ ਅਬਰੂ ਦੇ ਪੁੱਤਰ ਹੋਏ ਨੇ ਕੈਤਾਨ, ਸੋਮ, ਮਹਿਲਾ, ਅਗਨੀ, ਸੂਈ, ਨਿਰਸਲ, ਸੱਲਾ, ਭੂਮੀ, ਮੰਦਰ, ਮਹਾਨ, ਸਰੂਸ, ਅਰਨੰਦ ਅਤੇ ਯਾਕੂ। ਅੱਗੋਂ ਕਹਿਤਾਨ ਦੇ ਪੁੱਤਰ ਹੋਏ ਨੇ ਯਕਤਾਨ, ਫਲਜ, ਸਲਜ ਅਤੇ ਯਾਰਬ। ਇਹਨਾਂ ਵਿੱਚੋਂ ਫਲਜ, ਸਲਜ ਅਤੇ ਯਾਰਬ ਜਿਹੜੇ ਨੇ ਉਹ ਯਮਨ ਚਲੇ ਗਏ, ਸਬਾਹ ਦਾ ਮੁਲਕ ਵਸਾਇਆ ਉਹਨਾਂ ਜਾ ਕੇ,
ਮਲਕਾ ਬਲਕੀਸ ਜਿਹੜਾ ਕੁਰਾਨ ਪਾਕ 'ਚ ਜ਼ਿਕਰ ਆਉਂਦਾ ਹੈ, ਹਜ਼ਰਤ ਸੁਲੇਮਾਨ ਅਲੈਹਿ ਸਲਾਮ ਦੇ ਨਾਲ ਜਿਨ੍ਹਾਂ ਦੀ ਸ਼ਾਦੀ ਹੋਈ ਉਹ ਇਸੇ ਕਬੀਲਿਓ ਸਨ। ਅੱਗੋਂ ਯਕਤਾਨ ਦਾ ਪੁੱਤਰ ਹੋਇਆ ਸ਼ਾਹਰੁਖ ਮੰਬਾ ਅਤੇ ਸ਼ਾਹਰੁਖ ਮੰਬੇ ਦਾ ਪੁੱਤਰ ਹੋਏ ਨੇ ਨਾਹੂਰ। ਨਾਹੂਰ ਦਾ ਦੂਜਾ ਨਾਂ ਹਜ਼ਰਤ ਅਯੂਬ ਅਲੈਹਿ ਸਲਾਮ ਅਵਲ ਸੀ ਔਰ ਇਹ ਮੁਲਤਾਨ ਦੇ ਬਾਦਸ਼ਾਹ ਵੀ ਸਨ, ਮੁਲਤਾਨ ਦੇ ਵਿੱਚ ਰਸੂਲ ਵੀ ਸਨ ਔਰ ਇਹਨਾਂ ਦੇ ਉੱਤੇ ਸਹੀਫੇ ਵੀ ਉਤਰੇ ਸਨ ਔਰ ਇਹਨਾਂ ਦੇ ਜਿਹੜੀ ਕਬਰ ਹੈ ਬੂਹੜ ਗੇਟ ਮੁਲਤਾਨ ਦੇ ਅੰਦਰਵਾਰ ਹੈ। ਇਹਨਾਂ ਦੇ ਪੁੱਤਰ ਯਾਨੀ ਨਾਹੂਰ ਦੇ ਪੁੱਤਰ ਹੋਏ ਸ਼ੱਬਰ, ਬਸ਼ਰ, ਸ਼ਬੀਰ, ਬਸ਼ੀਰ, ਖਾਰਾਨ, ਖਾਰਾਨ ਜਿਹੜੇ ਨੇ ਅੰਮਾ ਸਾਇਰਾ ਦੇ ਵਾਲਦ ਵੀ ਸਨ, ਅਤੇ ਤਾਰਖ ਜਿਹੜੇ ਅਤੇ ਆਜ਼ਰ। ਅੱਗੋਂ ਤਾਰਖ ਜਿਹੜੇ ਨੇ ਉਹਨਾਂ ਦੇ ਪੁੱਤਰ ਹੋਏ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਅਤੇ ਫਾਊਰ, ਨਾਹੂਰ ਅਤੇ ਹਾਰਾਨ। ਇਹਨਾਂ ਵਿੱਚੋਂ ਫਾਊਰ ਹਕੀਮ ਲੁਕਮਾਨ ਦੇ ਵਾਲਦ ਸਨ, ਹਾਰਾਨ ਹਜ਼ਰਤ ਲੂਤ ਅਲੈਹਿ ਸਲਾਮ ਦੇ ਵਾਲਦ ਸਨ ਅਤੇ ਨਾਹੂਰ ਦੇ ਦੋ ਪੁੱਤਰ ਲਾਬਾਨ ਅਤੇ ਨੀਤੂਵੇਲ ਹੋਏ। ਲਾਬਾਨ ਦੀਆਂ ਇਹਨਾਂ ਵਿੱਚੋਂ ਲਾਬਾਨ ਜਿਹੜਾ ਸੀ ਉਹਦੀਆਂ ਦੋ ਧੀਆਂ ਰਾਹੀਲ ਅਤੇ ਲਈਆ ਹੋਈਆਂ ਜਿਹੜੀਆਂ ਹਜ਼ਰਤ ਯਾਕੂਬ ਅਲੈਹਿ ਸਲਾਮ ਨਾਲ ਵਿਆਹੀਆਂ ਗਈਆਂ ਅਤੇ ਨੀਤੂਵੇਲ ਦੀ ਇੱਕ ਧੀ ਬਰਮਕਾ ਹੋਈ ਜਿਹੜੀ ਹਜ਼ਰਤ ਇਸਹਾਕ ਨਾਲ ਵਿਆਹੀ ਗਈ ਅਤੇ ਉਸ ਦੀ ਕੁੱਖੋਂ ਦੋ ਜੋੜੇ ਪੁੱਤਰ ਐਸੂ ਅਤੇ ਯਾਕੂਬ ਅਲੈਹਿ ਸਲਾਮ ਹੋਏ। ਅੱਗੋਂ ਹਜ਼ਰਤ ਇਬਰਾਹੀਮ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਬ੍ਰਹਮਾ ਆਖਿਆ ਗਿਆ ਉਹਨਾਂ ਦੀਆਂ ਚਾਰ ਸੁਹਾਣੀਆਂ 'ਚੋਂ 13 ਪੁੱਤਰ ਹੋਏ। ਉਹਨਾਂ ਦੀ ਪਹਿਲੀ ਜਿਹੜੀ ਸੁਹਾਣੀ ਉਹਨਾਂ ਦਾ ਨਾਂ ਅੰਮਾ ਸਾਇਰਾ ਸੀ ਅਤੇ ਸਾਇਰਾ ਜਿਹੜੀ ਉਹਨਾਂ ਦੀ ਕੁੱਖੋਂ ਹਜ਼ਰਤ ਇਸਹਾਕ ਅਲੈਹਿ ਸਲਾਮ ਜਿਨ੍ਹਾਂ ਨੂੰ ਹਿੰਦੀ 'ਚ ਅੰਗਰ ਸੀ ਭਗਵਾਨ ਆਖਿਆ ਗਿਆ ਉਹ ਹੋਏ। ਦੂਸਰੀ ਤ੍ਰੀਮਤ ਜਿਹੜੀ ਸੀ ਉਹਨਾਂ ਦੀ ਹਜ਼ਰਤ ਹਾਜਰਾ, ਉਹਦੀ ਕੁੱਖੋਂ ਹਜ਼ਰਤ ਇਸਮਾਈਲ ਅਲੈਹਿ ਸਲਾਮ ਜਿਨ੍ਹਾਂ ਨੂੰ ਹਿੰਦੀ 'ਚ ਅਥਰੂ ਭਗਵਾਨ ਆਖਿਆ ਗਿਆ ਉਹ ਹੋਏ। ਉਹਨਾਂ ਦੀ ਤੀਸਰੀ ਬੀਵੀ ਜਿਹੜੀ ਸੀ ਕਤੂਰਾ, ਉਹਦੀ ਕੁੱਖੋਂ 6 ਪੁੱਤਰ ਅਤੇ 1 ਧੀ ਲਾਲੀਬਾਈ ਹੋਈ ਅਤੇ ਉਹਨਾਂ ਦੀ ਚੌਥੀ ਦਾਲ ਜਿਹੜੀ ਸੀ ਹਾਜੀਆਂ, ਉਹਦੇ ਘਰ 5 ਪੁੱਤਰ ਅਤੇ 1 ਧੀ ਲਬੂਦਾਬਾਈ ਹੋਈ। ਅੱਗੋਂ ਹਜ਼ਰਤ ਇਸਮਾਈਲ ਅਲੈਹਿ ਸਲਾਮ ਜਿਨ੍ਹਾਂ ਨੂੰ ਹਿੰਦੀ 'ਚ ਅਥਰੂ ਭਗਵਾਨ ਆਖਿਆ ਗਿਆ ਉਹਨਾਂ ਦੀਆਂ ਤਿੰਨਾਂ ਬੀਵੀਆਂ 'ਚੋਂ ਔਲਾਦ ਬਸ ਇੱਕੋ ਮਿਜ਼ਾਗ ਨਾਂ ਦੀ ਸੁਹਾਣੀ ਵੱਲ ਹੋਈ ਅਤੇ ਉਸ ਵੱਲ ਪੁੱਤਰ ਹੋਏ ਨਿਆਬੂਤ ਜਿਹਨੂੰ ਕਰਨ ਕਿਹਾ ਗਿਆ, ਮਿਸ਼ਾ ਜਿਹਨੇ ਮੱਕਾ ਵਸਾਇਆ, ਕੀਦਾਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜੱਦੇ ਅਮਜਦ ਸਨ, ਅਤੇ ਉਮੇਲ ਅਤੇ ਪਾਮੇਲ ਜਿਨ੍ਹਾਂ ਨੂੰ ਸਾਹਬੇਰਾ ਸਾਖਿਆ ਗਿਆ, ਅਤੇ ਰੋਹਾ, ਹਿਰਾ, ਯਤੂਰ, ਤੀਮਾ ਅਤੇ ਨਾਫਸ, ਅਤੇ ਇੱਕ ਧੀ ਬਿਸਮਾ ਹੋਈ ਜਿਹੜੀ ਹਜ਼ਰਤ ਇਸਹਾਕ ਅਲੈਹਿ ਸਲਾਮ ਦੇ ਪੁੱਤਰ ਐਸੂ ਨਾਲ ਵਿਆਹੀ ਗਈ ਅਤੇ ਉਸ ਦੀ ਕੁੱਖੋਂ ਸਲਾਤੀਨ ਰੋਮ ਦਾ ਮੋਢੀ ਰੋਮ ਜੰਮਿਆ। ਅੱਗੋਂ ਨਿਆਬੂਤ ਜਿਹੜਾ ਜਿਹਦਾ ਨਾਂ ਕਰਨ ਵੀ ਸੀ ਜਾਂ ਕਿਰਨ ਵੀ ਸੀ, ਉਹਦਾ ਪੁੱਤਰ ਹੋਇਆ ਉੱਤਰੀ। ਉੱਤਰੀ ਜਿਹੜਾ ਇਹਦਾ ਦੂਜਾ ਨਾਂ ਅਰਚੀ ਵੀ ਸੀ, ਸ਼ਮਾਇਲ ਵੀ ਸੀ ਅਤੇ ਨਾਰਾਇਣ ਵੀ ਸੀ। ਇਹ ਪਰਤ ਕੇ ਸਿੰਧ ਵਲਾਇਤ ਆਰੀਆ ਜੱਟ ਦੇਸ਼ ਜਾਂ ਜਾਟਕਸਤਾਨ ਜਿਹੜਾ ਇਹ ਸਾਡਾ ਇਲਾਕਾ ਹੈ ਇਹਦੇ ਵਿੱਚ ਆ ਗਿਆ ਔਰ ਇਹਨਾਂ ਦੇ ਜਿਹੜੇ ਉੱਤਰੀ ਸਨ ਇਹਦਾ ਮਤਲਬ ਇਹਦੇ ਪੁੱਤਰ ਹੋਏ ਨੇ ਸ਼ੀਲਾ, ਅਰਮਾ, ਅਰੂਦ, ਵਰੂਨ, ਅਰੂਦ ਨਰੀ ਅਤੇ ਵਰੂਨ ਅਤੇ ਸਮਦਰਮਾਨ। ਇਹਨਾਂ ਵਿੱਚੋਂ ਨਰੀ ਜਿਹੜਾ ਉਹਦੀ ਨਸਲ ਉਹਦਾ ਪੁੱਤਰ ਸੂਰਜ ਸੀ ਜਿੱਥੋਂ ਬਾਕਾਇਦਾ ਸੂਰਜ ਬੰਸੀ ਜੱਟਾਂ ਦਾ ਮੁੱਢ ਬੱਜਾ।
ਵਰੂਣ ਜਿਹੜਾ ਇਹਦੀ ਨਸਲੋਂ ਜਮਗਦਨੀ ਅਤੇ ਪਰਸ਼ੁਰਾਮ ਜਿਹੜਾ ਹਿੰਦੂਆਂ ਦਾ ਛੇਵਾਂ ਅਵਤਾਰ ਹੈ ਉਹ ਹੋਏ ਨੇ, ਅਤੇ ਸਮੁੰਦਰਮਾਨ ਜਿਹੜਾ ਉਹਦਾ ਪੁੱਤਰ ਹੋਇਆ ਚੰਦਰਮਾਨ, ਜਿੱਥੋਂ ਬਾਕਾਇਦਾ ਚੰਦਰਬੰਸੀ ਜੱਟਾਂ ਦਾ ਕਬੀਲਾ ਜਿਹੜਾ ਭੱਟੀਆਂ ਦਾ ਖਾਨਦਾਨ ਹੈ ਉਹਦਾ ਮੁੱਢ ਵੱਜਾ। ਅੱਗੋਂ ਨਰੀ ਦਾ ਪੁੱਤਰ ਹੋਇਆ ਸੂਰਜ, ਸੂਰਜ ਦਾ ਪੁੱਤਰ ਕਸ਼ੇਪ ਹੋਇਆ, ਕਸ਼ੇਪ ਦਾ ਪੁੱਤਰ ਕਿਰਨ ਹੋਇਆ, ਕਿਰਨ ਦਾ ਪੁੱਤਰ ਫੇਰ ਕਸ਼ੇਪ ਹੋਇਆ, ਅਤੇ ਕਸ਼ੇਪ ਦਾ ਪੁੱਤਰ ਦਿਓਲ ਹੋਇਆ। ਦਿਓਲ ਦੇ ਦੋ ਪੁੱਤਰ ਹੋਏ ਨੇ ਮਨੂ ਅਤੇ ਵੱਛਾ। ਮਨੂ ਦੀ ਨਸਲੋਂ ਰਾਮ ਚੰਦਰ ਮਹਾਰਾਜ ਦਾ ਖਾਨਦਾਨ ਹੋਇਆ, ਅਤੇ ਵੱਛਾ ਪਹਿਲਾ ਸੂਰਜਬੰਸੀ ਜੱਟ ਮਹਾਰਾਜਾ ਹੋਇਆ। ਅੱਗੋਂ ਜਿਹੜਾ ਵੱਛੇ ਦਾ ਪੁੱਤਰ ਹੋਇਆ ਕਛਵਾ, ਕਛਵਾ ਪਹਿਲੇ ਸੂਰਜਬੰਸੀ ਅਵਤਾਰ ਹੋਏ ਨੇ। ਅਗਲਾ ਕਛਵੇ ਦਾ ਬੇਟਾ ਬੁੱਧਪਾਲ, ਅਤੇ ਬੁੱਧਪਾਲ ਦਾ ਪੁੱਤਰ ਸ਼ਸ਼ਪਾਲ, ਸ਼ਸ਼ਪਾਲ ਦਾ ਪੁੱਤਰ ਹੰਸਾ ਚਾਲਕ, ਹੰਸਾ ਚਾਲਕ ਦਾ ਪੁੱਤਰ ਹੋਇਆ ਆਦੂ ਚਾਲਕ, ਆਦੂ ਚਾਲਕ ਦਾ ਪੁੱਤਰ ਹੋਇਆ ਨਿਰਮਲ ਚਾਲਕ, ਅਤੇ ਨਿਰਮਲ ਚਾਲਕ ਦਾ ਪੁੱਤਰ ਹੋਇਆ ਨਿਰਾਸ਼ਨਸ ਚਾਲਕ, ਨਿਰਾਸ਼ਨਸ ਚਾਲਕ ਦਾ ਪੁੱਤਰ ਹੋਇਆ ਮਹਿੰਦਰ ਚਾਲਕ, ਅਤੇ ਮਹਿੰਦਰ ਚਾਲਕ ਦਾ ਪੁੱਤਰ ਹੋਇਆ ਮਾਸ ਚਾਲਕ, ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ ਹੋਇਆ, ਅਤੇ ਮਾਲਕੂ ਚਾਲਕ ਦਾ ਪੁੱਤਰ ਹੋਇਆ ਸੂਰਜ ਚਾਲਕ, ਸੂਰਜ ਚਾਲਕ ਦਾ ਪੁੱਤਰ ਹੋਇਆ ਲੀਲਾ ਚਾਲਕ, ਅਤੇ ਲੀਲਾ ਚਾਲਕ ਦਾ ਪੁੱਤਰ ਅੰਮ੍ਰਿਤ ਚਾਲਕ, ਅੰਮ੍ਰਿਤ ਚਾਲਕ ਦਾ ਪੁੱਤਰ ਗਿਆਨ ਚਾਲਕ, ਅਤੇ ਗਿਆਨ ਚਾਲਕ ਦਾ ਪੁੱਤਰ ਅਮਰਮਲ ਹੈ, ਅਮਰਮਲ ਦਾ ਪੁੱਤਰ ਗੁਲਾਬ ਚਾਲਕ, ਅਤੇ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ, ਹਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ ਹੋਇਆ, ਅਤੇ ਬੂਰਾ ਚਾਲਕ ਦਾ ਪੁੱਤਰ ਹੋਇਆ ਜ਼ਬਰਮਲ, ਜ਼ਬਰਮਲ ਦਾ ਪੁੱਤਰ ਹੰਸਾ ਰਾਜ, ਅਤੇ ਹੰਸਾ ਰਾਜ ਦਾ ਪੁੱਤਰ ਭੋਜਰਾਜ, ਭੋਜਰਾਜ ਦਾ ਪੁੱਤਰ ਸੂਰਜਮੁਖੀ ਰਾਜ ਹੋਇਆ, ਅਤੇ ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਕਿਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ ਹੋਇਆ, ਅਤੇ ਚੰਦਰ ਸਿੰਘ ਰਾਜ ਦਾ ਪੁੱਤਰ ਗਵਾ ਸੰਘ ਸੀਨ, ਗਵਾ ਸੰਘ ਸੀਨ ਦਾ ਪੁੱਤਰ ਬਾਲਦਾ ਸੀਨ, ਅਤੇ ਬਾਲਦਾ ਸੀਨ ਦਾ ਪੁੱਤਰ ਦੂਦੇਸ਼ੀ ਰਾਜ, ਦੂਦੇਸ਼ੀ ਰਾਜ ਦਾ ਪੁੱਤਰ ਹੰਸਾ ਸੀਨ, ਅਤੇ ਹੰਸਾ ਸੀਨ ਦਾ ਪੁੱਤਰ ਹੋਇਆ ਮੂਲ ਰਾਜ, ਮੂਲ ਰਾਜ ਦਾ ਪੁੱਤਰ ਜੀ ਚਾਲਕ ਰਾਜ ਹੋਇਆ, ਅਤੇ ਚਾਲਕ ਰਾਜ ਦਾ ਪੁੱਤਰ ਹੋਇਆ ਸੋਤਰਕ ਰਾਜ, ਜਿਹਦਾ ਦੂਜਾ ਨਾਂ ਸ਼ਸਤਰਕ ਵੀ ਸੀ, ਸਰਕਪ ਵੀ ਸੀ, ਹਵੇਲੀਆ ਵੀ ਸੀ, ਜਿਹਨੇ 8000 ਸਾਲ ਪਹਿਲਾਂ ਸਰਕਪ ਯੂਨੀਵਰਸਿਟੀ ਟੈਕਸ ਲੈਣੇ ਲਾ ਕੇ ਬਣਾਏ। ਅੱਗੋਂ ਸੋਤਰਕ ਦਾ ਪੁੱਤਰ ਹੋਇਆ ਸਰੋਇਆ ਰਾਜ, ਅਤੇ ਸਰੋਏ ਰਾਜ ਦਾ ਪੁੱਤਰ ਹੋਇਆ ਮੱਲ ਰਾਮ ਮੱਲੀ, ਅਤੇ ਮੱਲੀ ਦਾ ਪੁੱਤਰ ਹੋਇਆ ਨਾਇਕ, ਅਤੇ ਨਾਇਕ ਦਾ ਪੁੱਤਰ ਹੋਇਆ ਵੜਛਾ, ਵੜਛਾ ਜਿਹੜਾ ਵੜਾਇਚ ਦਾ ਹੀ ਦੂਜਾ ਨਾਂ ਹੈ, ਇਹਨੂੰ ਵੜਾਇਚ ਵੀ ਆਉਂਦੇ ਨੇ, ਵੜਛਾ ਵੀ ਆਉਂਦੇ ਨੇ, ਅਤੇ ਵੜ ਸੰਘੂ ਵੀ ਇਹਦਾ ਨਾਂ ਹੈ, ਯੂਨਾਨੀਆਂ ਨੇ ਇਹਦਾ ਨਾਂ ਰੱਖਿਆ ਸੀ। ਅਤੇ ਅੱਗੋਂ ਵੜਾਇਚ ਦਾ ਪੁੱਤਰ ਹੋਇਆ ਸੱਗੜ, ਅਤੇ ਇਹਦੇ ਪੁੱਤਰ ਹੋਏ ਨੇ ਸੱਗੜ, ਅਤੇ ਖਾਖਾਈ, ਅਤੇ ਜੰਗੀ, ਦਰੇਸ਼, ਅਤੇ ਚੂੰਗ, ਅਤੇ ਦਰਮਲ, ਅਤੇ ਡੱਗ, ਅਤੇ ਸੱਚਾ, ਅਤੇ ਜੋਗ, ਨੱਤ, ਗੱਸਰ, ਦੋਧੀ, ਸੱਦਾ, ਲੱਦਾ, ਸਮਾਰਾ, ਹਛਰਾ, ਵਜ਼ੀਰ ਕਾ, ਵਡਾਲਾ, ਵਰਪਾਲ, ਵੱਡਾ, ਵਰੀਆ, ਅਤੇ ਪਰਸ ਬਿਆ ਪਰੀ ਬਿਆਨ, ਅਤੇ ਜੀਜਮ। ਅੱਗੋਂ ਇਹਨਾਂ ਵਿੱਚੋਂ ਚੂੰਗ ਦੇ ਪੁੱਤਰ ਹੋਏ ਨੇ ਚੌਸਰ, ਚੌਹਾਲ, ਚੂਹਾ ਸਰ, ਚਾਹ ਸਰ, ਅਤੇ ਚੂਹੇ ਕਾ। ਅੱਗੋਂ ਚੌਹਾਲ ਦੇ ਪੁੱਤਰ ਹੋਏ ਨੇ ਚੰਮਾ, ਅਤੇ ਚਾਲੀ, ਚੌਹੀਰਾ, ਚੌਬਾਰਾ, ਚਾਹ ਵਾਲ, ਚੂਹੇ ਵਾਲ, ਅਤੇ ਚਮਨਾ।
ਤੋਂ ਪਿਆਰਿਓ, ਇਹ ਸੀ ਚੌਹਾਲ ਜੱਟ ਕਬੀਲੇ ਦਾ ਜਿਹੜਾ ਅਹਿਵਾਲ ਤੁਹਾਡੇ ਨਾਲ ਸਾਂਝਾ ਕੀਤਾ।